ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਉਮੀਦ ਹੈ ਸਾਰੇ ਠੀਕ ਠਾਕ ਹੋਗੇ। ਹੋਰ ਸੁਣਾਓ, ਕਿਵੇਂ ਆ? ਨਵੀਆਂ ਤਾਜ਼ੀਆਂ ਅਤੇ ਗਰਮੀਆਂ ਕਿੱਦਾਂ ਚੱਲ ਰਹੀਆਂ ਨੇ? ਕਹਿੰਦੇ ਬਰਫ਼ ਬਹੁਤ ਪੈਣ ਡੀ ਪੰਜਾਬ 'ਚ, ਸਹੀ ਗੱਲ ਸੁਣ? ਹੈ, ਬਰਫ਼ ਬੜੀ ਪੈਣ ਡਈ ਹੈ ਕਹਿੰਦੇ ਪੰਜਾਬ 'ਚ, ਅਤੇ ਪੰਜਾਬ ਠੰਡਾ ਹੋ ਗਿਆ ਪੂਰਾ। ਅਤੇ ਅੱਜ ਸਾਡੇ ਆਉਣ ਲੱਗੇ ਪ੍ਰਾਹੁਣੇ, ਮੇਰੇ ਮਾਸੀ ਮਾਸੜ ਅਤੇ ਸੁਮਨ ਹੋਣੀ ਦੇਵੀਆਂ ਲੱਗੀਆਂ ਕੰਮ 'ਤੇ, ਤਿਆਰੀ ਕਰਨ ਡੇ। ਸੁਮਨ ਕੀ ਖਾਣ ਡੀ? ਸਿਆਣੀ ਹੋ ਗਈ? ਮੈਂ ਇੰਨੀ ਸਿਆਣੀ ਹੋ ਗਈ? ਇੱਕ ਉਹ ਬੈਠੀ ਅੱਛਾ ਅੱਛਾ ਗੱਲ ਹੈ, ਇਹ ਵੀ ਗੱਲ ਸੋਚਣ ਵਾਲੀ। ਯੈਸ ਯੈਸ ਹੈ, ਤੂੰ ਸਿਆਣੀ ਆ ਬੜੀ, ਲੋਕ ਤਾਂ ਪਤਾ ਪਤਾ ਅੱਗੂ ਕੀ ਨੂੰ ਮਿਲਣ ਆਉਣਾ ਨਾ, ਅੱਗੂ ਕੀ ਇਹਨੂੰ ਮਿਲਣ ਆਉਣਾ, ਇਹਨੂੰ ਮਿਲਣ ਆਉਣਾ ਕਿ ਇਹ ਛੁੱਟਾ ਰਿੰਦਾ ਨਾ ਧੋ ਕੇ ਛੁੱਟਾ ਰਿੰਦਾ ਵਾ, ਸ਼ੁਭਦੀਪ ਨੂੰ ਮਿਲਣਾ ਰਹੇ ਨੇ ਮੇਰੇ ਮਾਸੀ ਮਾਸੜ ਜੀ, ਕਹਿੰਦੇ ਸ਼ੁਭਦੀਪ ਨੂੰ ਮਿਲਣ ਨੂੰ ਜੀ ਕਰਦਾ ਅਤੇ ਸ਼ੁਭਦੀਪ ਨੂੰ ਮਿਲਣ ਆਉਣਾ। ਆਹੋ ਸ਼ੁਭਦੀਪ, ਕੌਣ ਉਹ ਲੱਗਾ? ਦਾਦੀ ਦਾਦਾ, ਦਾਦੀ ਦਾਦਾ ਆਹੋ ਸੋਹਣੇ ਕੱਪੜੇ ਪਾਤੇ ਆ, ਫਿਰ ਉੱਠ ਕੋਦੀ ਆ, ਸਾਨੂੰ ਕੰਮ ਨਹੀਂ ਕਰਨ ਦਿੰਦੀ, ਚੁੱਕ ਲਓ ਕਰਦੀ, ਚੁੱਪ ਕਰਕੇ ਚੁੱਕੋ ਹੁਣ ਕੇ ਹੁਣ ਗੱਲ ਕਰਕੇ ਤੇ ਕਿੱਥੇ ਜਾਓ, ਚੁੱਕੋ ਨਹੀਂ ਗੱਲ ਬਣਨੀ, ਇਹ ਆਪਣੀ ਨੀਂਦ ਪੂਰੀ ਕਰ ਲੈਂਦਾ, ਮੁੜ ਕੇ ਟੀ 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 ਕਰਦਾ ਰਹਿੰਦਾ। ਸਤਿ ਸ਼੍ਰੀ ਅਕਾਲ ਬਾਲੋ, ਸਤਿ ਸ਼੍ਰੀ ਅਕਾਲ ਬਾਲੋ, ਰੋਣ ਵਾਲਾ ਮੂੰਹ ਨਹੀਂ, ਸਤਿ ਸ਼੍ਰੀ ਅਕਾਲ ਸ਼ੁਭਦੀਪ, ਉਹ ਕੀ ਬਣਾ ਰਿਹਾ ਤੂੰ?
ਟੂਟੀ ਦੀ ਮੋਣੀ ਕੀ ਆਨੀ ਫੁੱਲ ਸਭ ਦੀ ਪਤਾ ਨਹੀਂ ਕੀ ਟੂਟੀ ਜੀ ਬਣਾ ਲੈਂਦਾ ਮੂੰਹ ਦੀ ਫੁੱਲ ਵੇਖ ਲਿਆ ਫੁੱਲ ਵੇਖੋ ਫੁੱਲ ਫੁੱਲ ਨੇ ਬੜੇ ਵੇਹਨੀ ਤੂੰ ਹੈ ਫੁੱਲਾਂ ਦਾ ਪਿਆਰ ਤੇਰਾ ਜ਼ਿਆਦਾ ਵਾ ਦੇਖੋ ਗੱਲਾਂ ਕਰਦਾ ਮੇਰੇ ਨਾਲ ਗੱਲਾਂ ਕਰਦੇ ਰਹੋ ਬਸ ਵੀ ਗਾਲੜੀ ਨਿਕਲਣਾ ਮੇਰੇ ਹਿਸਾਬ ਨਾਲ ਗੱਲਾਂ ਮਾਰਦੇ ਰਹੋ ਬਹਿ ਕੇ ਵਿਹਲੇ ਇਹਦੇ ਲਾਗੇ ਪਿਆ ਸ਼ੁਭਦੀਪ ਦੀ ਵੱਡੀ ਮੰਮਾ ਨੇ ਗਿਫਟ ਦਿੱਤਾ ਇਹਨੂੰ ਪੰਘੂੜਾ ਗਿਫਟ ਹੀ ਹੁੰਦਾ ਆਹੋ ਤੇ ਗਿਫਟ ਹੀ ਹੁੰਦਾ ਕਿਉਂ ਮਾਂ ਨੇ ਗਿਫਟ ਨਹੀਂ ਹੁੰਦਾ ਪਰ ਤੇਰੇ ਪਰਪੁਰ ਨੇ ਪਰਪੁਰ ਮੈਂ ਕੱਟ ਦੇਣੇ ਆਹੋ ਲਿਆਂਦਾ ਹੈਗਾ ਪਰ ਪੈਂਦਾ ਹੈ ਨਹੀਂ ਡਰਦਾ ਜੇ ਚੀਕਾਂ ਮਾਰਦਾ ਵਿੱਚ ਪੈ ਕੇ ਟਰਾਲੀ ਵੀ ਬਣ ਜਾਂਦੀ ਪਰ ਟਰੈਕਟਰ ਪਿੱਛੇ ਬਣ ਅਤੇ ਠੰਡ ਕਹਿੰਦੇ ਬਹੁਤ ਆ ਪੰਜਾਬ 'ਚ ਅਤੇ ਬਚ ਕੇ ਰਹੋ ਸਾਰੇ ਜਣੇ ਧੁੱਪੇ ਬਹੁਤ ਰਜਾਈਆਂ ਲਓ ਅਤੇ ਬਹੁਤ ਮੁਸ਼ਕਲ ਹੋਇਆ ਪਿਆ ਕੋਰਾ ਕੋਰਾ ਹੋਈ ਪਈ ਚਾਰ ਸਵੇਰੇ ਹੈ ਮਾਣ ਮਾਂ ਨੂੰ ਤਾਂ ਕੁਝ ਜ਼ਿਆਦਾ ਹੀ ਠੰਡ ਲੱਗਦੀ ਹੈ ਹੈਂ ਭਿੱਜਾ ਪਿਆ ਠੰਡ ਨਾ ਧੂੜ ਵੇ ਕਿੰਨੀ ਪਈ ਹੈ ਇਹਨੂੰ ਇਹਨੂੰ ਜ਼ਿਆਦਾ ਲੱਗਦੀ ਠੰਡ ਜ਼ਿਆਦਾ ਮਹਿਸੂਸ ਕਰਦਾ ਦੇਖੋ ਹੁਣ ਕਰਨ ਡੇ ਪ੍ਰਾਹੁਣਿਆਂ ਦੀ ਡੀਕ ਕਦੋਂ ਕੁ ਆਉਂਦੇ ਆ ਵੇਖਦੇ ਹਾਂ ਕਹਿੰਦੇ ਤਾਂ ਅੱਧਾ ਕੁ ਘੰਟਾ ਹੀ ਹੁੰਦੇ ਆ ਆਹੋ ਹੁਣ ਵੇਖਦੇ ਕਦੋਂ ਕੁ ਆਉਂਦੇ ਲਓ ਜੀ ਗਰਮੀ ਤੋਂ ਮਿਲੀ ਥੋੜ੍ਹੀ ਜਿਹੀ ਰਾਹਤ ਪੰਜਾਬ ਲਈ ਬਹੁਤ ਵੱਡੀ ਖਬਰ ਠੰਡੀਆਂ ਹਵਾਵਾਂ ਚੱਲਦੀਆਂ ਹੋਈਆਂ ਅਤੇ ਪ੍ਰਾਹੁਣੇ ਸਾਡੇ ਆਏ ਸੀ ਅਤੇ ਗਰਮੀ 'ਚ ਬਹਿ ਬੂ ਕੇ ਚੱਲ ਗਏ ਆ ਅਤੇ ਰਹੇ ਨਹੀਂ ਵੀਡੀਓ 'ਚ ਆਏ ਨਹੀਂ ਸੰਗਦੇ ਬੜੇ ਆ ਮੈਂ ਚੱਲ ਦੱਸ ਦਈਏ ਵੀ ਹਵਾ ਆਉਣੀ ਠੰਡੀ ਠੰਡੀ ਚੰਗਾ ਸਤਿ ਸ਼੍ਰੀ ਅਕਾਲ।